ਮਦੀਨੇ ਇੱਕ ਦਫਾ ਜਾ ਰਹੇ ਤੇ ਕੰਡਾ ਚੁੱਭ ਗਿਆ, ਤੇ ਕੰਡਾ ਚੁੱਭਿਆ ਨਾ ਜਦੋਂ ਤੇ ਪੈਰ ਚੋਂ ਕੰਡਾ ਕੱਢ ਕੇ ਨਾ ਤੇ ਚੁੰਮ ਕੇ ਅੱਖਾਂ ਨਾਲ ਲਾਉਂਦੇ ਨੇ, ਕਹਿੰਦੇ ਨੇ ਮਦੀਨੇ ਦੇ ਆ ਕੰਡਿਆ, ਉਹ ਤੇਰਾ ਪੈਰਾਂ ਵਿੱਚ ਕੀ ਕੰਮ ਏ, ਓਏ ਤੇਰੀ ਜਗ੍ਹਾ ਤੇ ਸੀਨੇ ਨਾਲ ਏ। ਆ ਜਿਹੜੇ ਮਦੀਨਾ ਪਾਕ ਧੋ ਕੇ ਆਏ ਨੇ ਇਹਨਾਂ ਨੂੰ ਪੁੱਛੋ ਕਿੰਨਾ ਸਕੂਨ ਏ ਉੱਥੇ, ਜਿਹੜੇ ਨਹੀਂ ਅੱਲਾ ਉਹਨਾਂ ਨੂੰ ਵੀ ਲੈ ਜਾਵੇ। ਲੇਕਿਨ ਮਦੀਨਾ ਪਾਕ ਜਿਹੜੇ ਹੋ ਕੇ ਆਏ ਨੇ ਉਹਨਾਂ ਦਾ ਦਿਲ ਕਰਦਾ ਅਸੀਂ ਬਾਰ ਬਾਰ ਜਾਈਏ, ਜਿਹੜੇ ਨਹੀਂ ਹੋ ਕੇ ਆਏ ਉਹਨਾਂ ਦੀ ਤਾਂ ਤੜਪ ਹੈ ਹੀ ਏ, ਲੇਕਿਨ ਜਿਹੜੇ ਹੋ ਕੇ ਆਏ ਨੇ ਉਹਨਾਂ ਦੀ ਵਾਧੂ ਤੜਪ ਏ, ਕਿਉਂਕਿ ਉਹ ਵੇਖ ਆਏ ਨੇ। ਹੈਂ, ਉਹ ਵੇਖ ਆਏ ਨੇ। ਅੱਲਾਹੁ ਅਕਬਰ ਕਬੀਰਾ। ਲੇਕਿਨ ਆਪ ਜਦੋਂ ਵੀ ਇਮਾਮ ਅਹਿਮਦ ਰਜ਼ਾ ਖਾਂ ਜਾਂਦੇ ਸਨ ਨਾ ਹੱਜ ਕਰਨ ਵਾਸਤੇ, ਤੇ ਲੋਕਾਂ ਨੂੰ ਇਹ ਨਹੀਂ ਸੀ ਕਹਿੰਦੇ ਕਿ ਮੈਂ ਹੱਜ ਕਰਨ ਚੱਲਾਂ, ਕਹਿੰਦੇ ਸਨ ਮੈਂ ਮਦੀਨੇ ਚੱਲਾਂ। ਕੀ ਕਹਿੰਦੇ ਸਨ? ਕਿਸੇ ਆਖਿਆ ਚੱਲੇ ਹੱਜ ਕਰੋ, ਉਹਨਾਂ ਤੋਂ ਕਹਿੰਦੇ ਉਹ ਮਦੀਨੇ ਚੱਲਾਂ, ਤੇ ਫਰਮਾਉਂਦੇ ਸਨ ਪਹਿਲੇ ਮਦੀਨੇ ਜਾਵਾਂਗਾ ਨਾ ਸਰਕਾਰ ਕੋਲ, ਤੇ ਜੇ ਮਨਜ਼ੂਰੀ ਹੋ ਗਈ ਤੇ ਹੱਜ ਵੀ ਕਰਾਂਗਾ, ਜੇ ਮਨਜ਼ੂਰੀ ਹੋ ਗਈ ਤੇ ਹੱਜ ਵੀ ਕਰਾਂਗਾ। ਕਿਸੇ ਆਖਿਆ ਸਿੱਧੀ ਸਿੱਧੀ ਗੱਲ ਕਿਉਂ ਨਹੀਂ ਕਰਦੇ, ਹੱਜ ਕਰਨ ਚੱਲਿਓ ਤੇ ਹੱਜ ਕਰਨ ਜਾਓ, ਤੁਸੀਂ ਪਹਿਲੇ ਮਦੀਨੇ ਜਾਣਾ। ਫਰਮਾਇਆ ਜੇ ਤੂੰ ਆਹਨਾ ਮੈਂ ਪਹਿਲੇ ਮੱਕੇ ਜਾਵਾਂ ਤਾਂ ਪਹਿਲੇ ਹੱਜ ਕਰਾਂ, ਮੈਨੂੰ ਦੱਸ ਉਹ ਕਰੀਮ ਵੀ ਬੜਾ ਤੇ ਜਬਾਰ ਵੀ ਬੜਾ, ਮਰਜ਼ੀ ਵਾਲਾ ਚਾਹੇ ਤੇ ਕਬੂਲ ਕਰੇ ਚਾਹੇ ਤੇ ਨਾ ਕਰੇ, ਤੇ ਜੇ ਮੈਂ ਸਰਕਾਰ ਕੋਲ ਜਾਵਾਂਗਾ ਉੱਥੋਂ ਮੋਹਰ ਲੱਗ ਗਈ ਤੇ ਫਿਰ ਕਬੂਲ ਹੀ ਕਬੂਲ ਏ, ਫਿਰ ਹੱਜ ਕਰਾਂਗਾ ਤੇ ਕਬੂਲ ਹੀ ਕਬੂਲ ਏ। ਅੱਲਾਹੁ ਅਕਬਰ ਕਬੀਰਾ। ਸਰਕਾਰ ਦੀ ਦੀਸ ਏ ਹਜ਼ਰਤ ਅਬਦੁੱਲਾ ਬਿਨ ਉਮਰ ਰਜ਼ੀ ਅੱਲਾਹੁ ਤਾਲਾ ਨੂੰ ਆਪ ਰਵਾਇਤ ਕਰਦੇ ਨੇ ਕਿ ਸਰਕਾਰ ਨੇ ਫਰਮਾਇਆ ਜਿਹੜਾ ਮਦੀਨੇ ਆਵੇ ਮੇਰੀ ਜ਼ਿਆਰਤ ਵਾਸਤੇ, ਮੇਰੀ ਕਬਰ ਦੀ ਜ਼ਿਆਰਤ ਵਾਸਤੇ, ਹਜ਼ੂਰ ਨੇ ਫਰਮਾਇਆ ਕੱਲ੍ਹ ਕਿਆਮਤ ਵਾਲੇ ਦਿਨ ਮੈਂ ਉਹਦੀ ਸ਼ਫਾਤ ਕਰਾਂਗਾ। ਤਵੱਜੋ ਹੈ, ਮੈਂ ਉਹਦੀ ਸ਼ਫਾਤ ਕਰਾਂਗਾ। ਸਰਕਾਰ ਨੇ ਦੁਆ ਕੀਤੀ, ਅੱਲਾਹ ਜਿੰਨੀਆਂ ਰਹਿਮਤਾਂ ਤੂੰ ਮੱਕੇ 'ਚ ਵਸਾਉਣਾ ਨਾ ਇਹਦੇ ਨਾਲ ਬਹੁਤੀਆਂ ਮਦੀਨੇ 'ਚ ਵਸਾ ਦੇ, ਅਤੇ ਮੈਨੂੰ ਦੱਸੋ ਸਰਕਾਰ ਦੀ ਦੁਆ ਰੱਦ ਹੋ ਸਕਦੀ ਹੈ? ਅੱਲਾਹੁ ਅਕਬਰ ਕਬੀਰਾ, ਅੱਲਾਹੁ ਅਕਬਰ ਕਬੀਰਾ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਗੁਲਾਮੋ, ਹਜ਼ੂਰ ਦੇ ਦੀਵਾਨਿਓ, ਕਿਆ ਸ਼ਾਨ ਏ ਮੱਕੇ ਦੀ, ਕਿਆ ਸ਼ਾਨ ਏ ਮਦੀਨੇ ਦੀ। ਆਓ ਫਿਰ ਮੈਂ ਤੁਹਾਨੂੰ ਦੱਸਾਂ ਕਿ ਮਦੀਨਾ ਕੈਸੀ ਬਸਤੀ ਏ ਔਰ ਮਦੀਨਾ ਸ਼ਹਿਰ ਕੈਸਾ ਸ਼ਹਿਰ ਏ। ਹਿੰਦੁਸਤਾਨ ਦੇ ਅੰਦਰ ਇੱਕ ਬਹੁਤ ਵੱਡੇ ਬਜ਼ੁਰਗ ਹੋਏ ਨੇ ਜਿਨ੍ਹਾਂ ਦਾ ਨਾਂ ਏ ਹਜ਼ਰਤ ਅਬੂਲ ਖੈਰ, ਹਜ਼ਰਤ ਅਬੂਲ ਖੈਰ। ਆਪ ਦਾ ਮਜ਼ਾਰ ਏ, ਬਹੁਤ ਲੋਕ ਉੱਥੇ ਆਉਂਦੇ ਨੇ, ਦੁਆਵਾਂ ਮੰਗਦੇ ਨੇ। ਆਪ ਨੇ ਇੱਕ ਕਿਤਾਬ ਲਿਖੀ, ਆਪ ਫਰਮਾਉਂਦੇ ਨੇ ਮੈਂ ਮਦੀਨੇ ਚਲਾ ਗਿਆ, ਅਤੇ ਫਰਮਾਉਂਦੇ ਨੇ ਉਦੋਂ ਬੇੜਿਆਂ ਦਾ ਦੌਰ ਸੀ ਜਾਂ ਪੈਦਲ ਸਫ਼ਰ ਹੁੰਦਾ ਸੀ, ਉਦੋਂ ਗੱਡੀਆਂ ਛੱਡੀਆਂ ਤਾਂ ਹੈ ਕੋਈ ਨਹੀਂ ਸਨ। ਫਰਮਾਉਂਦੇ ਮੈਂ ਪੈਦਲ ਸਫ਼ਰ ਮਦੀਨੇ ਦਾ ਸ਼ੁਰੂ ਕੀਤਾ, ਅਤੇ ਮੈਂ ਰਸਤੇ 'ਚ ਜਾ ਰਿਹਾ, ਫਰਮਾਉਂਦੇ ਸਫ਼ਰ ਕਰਦਾ ਜਾ ਰਿਹਾ, ਸਫ਼ਰ ਕਰਦਾ ਜਾ ਰਿਹਾ, ਜਦੋਂ 5 ਦਿਨ ਦੂਰ ਮਦੀਨਾ ਰਹਿ ਗਿਆ ਨਾ, ਫਰਮਾਉਂਦੇ ਮੈਨੂੰ ਭੁੱਖ ਲੱਗ ਗਈ ਅਤੇ ਖਾਣਾ ਜਿਹੜਾ ਮੇਰੇ ਕੋਲ ਸੀ ਉਹ ਵੀ ਮੁੱਕ ਗਿਆ, ਅਤੇ ਮੈਂ ਪਰੇਸ਼ਾਨ ਹੋ ਗਿਆ ਕਿ ਹਲੇ ਤਾਂ 5 ਦਿਨ ਦੇ ਮੁਸਾਫਤ ਉੱਤੇ ਵੇ ਅਤੇ ਖਾਣਾ ਵੀ ਮੁੱਕ ਗਿਆ, ਅਤੇ ਮੈਂ ਕੀ ਕਰਾਂ। ਫਰਮਾਉਂਦੇ ਮੈਂ ਬੜੀ ਕੋਸ਼ਿਸ਼ ਕੀਤੀ ਪਰ ਮੈਨੂੰ ਕਿਤੋਂ ਖਾਣਾ ਨਾ ਲੱਭਾ। ਦਿਲ 'ਚ ਆਖਿਆ ਕੋਈ ਗੱਲ ਨਹੀਂ, 5 ਦਿਨ ਰਹਿ ਗਏ ਨੇ, ਔਖੇ ਸੌਖੇ ਕੱਢ ਲੈਣੇ ਨੇ, ਫਿਰ ਯਾਰ ਦੇ ਸ਼ਹਿਰ ਦਾ ਪ੍ਰਾਹੁਣਾ ਬਣ ਜਾਣਾ, ਅਤੇ ਜਿਹਦਾ ਪ੍ਰਾਹੁਣਾ ਬਣਨਾ ਉਹਨੇ ਖਾਲੀ ਤਾਂ ਨਹੀਂ ਨਾ ਮੋੜਨਾ। ਉੱਚੀ ਫਰਮਾਓ ਯਾਰ, ਸੁਬਹਾਨ ਅੱਲਾ,
حضرت نی وقار میرے آقا کریم صلی اللہ علیہ وسلم دے دیوانیو حضرات حضرت ابو الخیر فرماندے نے لوکو جدو پانچ دن رہ گئے میں مدینے جان لگا بھوک بڑی لگی ہے آپ فرماندے نے میں بڑی کوشش کیتی پر مینوں کتوں روٹی نہ لبھی فرماندے نے میں بڑی کوشش کردا رہیا پر مینوں روٹی نہ لبھی میں دل وچ سوچ لیا میں کیا کوئی گل نہیں پانچ دن رہ گئے نے میں جدو یار دا پرونا بن جاں گا مینوں روٹی لب جائے گی یار دے شہر چ مینوں روٹی لب جائے گی حضرات دن گزرتے جا رہے پہلا دن گزریا دوجا دن گزریا تیجا دن گزریا حضرات جسم کمزور ہوندا جا رہا ہے پانچ دن دی بھوک جسم چ طاقت کوئی نہیں کمزوری آ گئی ہے حضرات دی وقار جدو پانچ دن ہو گئے ادھر مدینہ نظر آن لگ گیا مدینے دی بستی نظر آن لگ پئی حضرات مدینے دے اندر داخل ہوئے حضرات خوشی دے اثرات چہرے تے آ گئے کہ میں یار دے مدینے آ گیا وا کوئی گل نہیں جدے مدینے آیا ہن بھکا نہیں رواں گا حضرات چلدیاں چلدیاں سرکار دے روزے تے آ گئے سرکار دے روزے تے آ کے سارا دن درود و سلام پڑھتے رہے جدو پچھلا ٹائم ہویا جسم چ کمزوری آ گئی جسم طاقت کوئی نہیں حضرات اکھاں چ اتھرو آ گئے تے رو کے روزے دے سامنے کہندے نے سونیا میرا دل تے نہیں سی کردا پر سونیا ਤੁਸੀਂ ਤੇ ਸਾਰਾ ਜਾਣਦੇ ਹੋ ਸੋਹਣਿਆ ਪੰਜ ਦਿਨ ਦਾ ਭੁੱਖਾ ਵਾ ਪਰ ਸੋਹਣਿਆ ਤੇਰਾ ਪਰਾਉਣਾ ਵਾ ਸੋਹਣਿਆ ਪੰਜ ਦਿਨ ਦਾ ਭੁੱਖਾ ਵਾ ਪਰ ਸੋਹਣਿਆ ਤੇਰਾ ਪਰਾਉਣਾ ਵਾ ਹਜ਼ਰਾਤ ਇੰਨੀਆਂ ਗੱਲਾਂ ਕੀਤੀਆਂ ਜਦੋਂ ਇੰਨੀਆਂ ਗੱਲਾਂ ਕਰ ਲਈਆਂ ਤੇ ਦੁਆ ਮੰਗ ਕੇ ਮਸਜਿਦ ਨਬਵੀ ਸ਼ਰੀਫ ਦੇ ਅੰਦਰ ਆ ਗਏ ਮਸਜਿਦ ਨਬਵੀ ਸ਼ਰੀਫ ਦੇ ਹਾਲ 'ਚ ਲੇਟ ਗਏ ਫਰਮਾਉਂਦੇ ਨੇ ਮੈਂ ਦਰੂਦ ਓ ਸਲਾਮ ਪੜ੍ਹਦਿਆਂ ਪੜ੍ਹਦਿਆਂ ਮਸਜਿਦ ਨਬਵੀ ਸ਼ਰੀਫ ਦੇ ਸੇਨੇ 'ਚ ਲੇਟ ਗਿਆ ਫਰਮਾਉਂਦੇ ਲੋਕੋ ਮੇਰੀ ਅੱਖ ਲੱਗ ਗਈ ਕਿਸਮਤ ਖੁੱਲ ਗਈ ਮੀਆਂ ਸਾਹਿਬ ਫਰਮਾਉਂਦੇ ਨੇ ਸੁਪਨੇ ਅੰਦਰ ਮੈਨੂੰ ਮਾਹੀ ਮਿਲਿਆ ਤੇ ਮੈਂ ਕੱਲ ਵਿੱਚ ਪਾ ਲਈਆਂ ਬਾਵਾਂ ਤੇ ਡਰਦੀ ਮਾਰੀ ਅੱਖ ਨਾ ਖੋਲਾ ਤਾਂ ਫੇਰ ਵਿਛੜ ਨਾ ਜਾ ਫਰਮਾਉਂਦੇ ਨੇ ਲੋਕੋ ਮੇਰੀ ਅੱਖ ਲੱਗ ਗਈ ਮੇਰੀ ਕਿਸਮਤ ਖੁੱਲ ਗਈ ਮੈਂ ਵੇਖ ਕੇ ਹੈਰਾਨ ਰਹਿ ਗਿਆ ਮੇਰੇ ਸੱਜੇ ਪਾਸੇ ਸਦਾਕਤ ਦਾ ਤਾਜਦਾਰ ਸਦੀਕ ਬੈਠਾ ਮੈਂ ਵੇਖਿਆ ਮੇਰੇ ਸੱਜੇ ਪਾਸੇ ਸੈਯਦ ਨਾ ਸਦੀਕ ਅਕਬਰ ਬੈਠੇ ਨੇ ਮੈਂ ਵੇਖਿਆ ਮੇਰੇ ਖੱਬੇ ਪਾਸੇ ਉਮਰ ਪਾਕ ਬੈਠੇ ਹੋਏ ਨੇ ਫਰਮਾਉਂਦੇ ਲੋਕੋ ਜਦੋਂ ਮੈਂ ਸਾਹਮਣੇ ਨਜ਼ਰ ਮਾਰੀ ਤੇ ਸਾਹਮਣੇ ਉਹ ਆ ਰਿਹਾ ਵੇ ਜਿਹੜਾ ਨਬੀ ਦਾ ਵੀਰ ਏ ਸੁਨੀਆਂ ਦਾ ਪੀਰ ਏ ਜਿਹਨੂੰ ਦੁਨੀਆ ਮੌਲਾ ਅਲੀ ਕਹਿੰਦੀ ਜਿਹਨੂੰ ਦੁਨੀਆ
ਮੌਲਾ ਅਲੀ ਕਹਿੰਦੀ ਏ ਫਰਮਾਂਦੇ ਮੌਲਾ ਅਲੀ ਆ ਗਏ ਮੌਲਾ ਅਲੀ ਆ ਕੇ ਮੇਰੇ ਕੰਧੇ ਤੇ ਹੱਥ ਰੱਖਿਆ ਤੇ ਹੱਥ ਰੱਖ ਕੇ ਕਹਿੰਦੇ ਨੇ ਬੇਲੀਆ ਉੱਠ ਖੜਾ ਓ ਉਹ ਵੇਖ ਸਾਹਮਣੇ ਕੌਣ ਪਿਆ ਆਉਂਦਾ ਈ ਫਰਮਾਂਦੇ ਨੇ ਮੈਂ ਉੱਠ ਕੇ ਖੜਾ ਹੋਇਆ ਮੈਂ ਵੇਖਿਆ ਸਾਹਮਣੇ ਮਦੀਨੇ ਦੇ ਤਾਜਦਾਰ ਆ ਰਹੇ ਨੇ ਮਦੀਨੇ ਵਾਲੀ ਸਰਕਾਰ ਆ ਰਹੇ ਨੇ ਫਰਮਾਂਦੇ ਸਰਕਾਰ ਮੇਰੇ ਵੱਲ ਨੂੰ ਆ ਰਹੇ ਤੇ ਸਰਕਾਰ ਮੁਸਕੁਰਾਈ ਜਾ ਰਹੇ ਮੁਸਕੁਰਾਈ ਜਾ ਰਹੇ ਸਰਕਾਰ ਮੇਰੇ ਕੋਲ ਆ ਗਏ ਤੇ ਸਰਕਾਰ ਫਰਮਾਂਦੇ ਨੇ ਬੇਲੀਆ ਓਏ ਸਾਡਾ ਪਰੋਣਾ ਏ ਆਖਿਆ ਜੀ ਸੋਹਣਿਆ ਤੁਹਾਡਾ ਪਰੋਣਾ ਵਾ ਪੰਜ ਦਿਨ ਦਾ ਭੁੱਖਾ ਏ ਸੋਹਣਿਆ ਪੰਜ ਦਿਨ ਦਾ ਭੁੱਖਾ ਵਾ ਆਂਦੇ ਨੇ ਸਰਕਾਰ ਨੇ ਆਪਣੇ ਦਾਮਨ ਵਿੱਚੋਂ ਰੋਟੀ ਕੱਢੀ ਤੇ ਰੋਟੀ ਕੱਢ ਕੇ ਇੱਕ ਲੁਕਮਾ ਤੋੜਿਆ ਤੇ ਲੁਕਮਾ ਤੋੜ ਕੇ ਮੇਰੇ ਮੂੰਹ ਵਿੱਚ ਪਾਇਆ ਆਂਦੇ ਨੇ ਲੋਕੋ ਰੱਬੇ ਕਾਬਾ ਦੀ ਕਸਮ ਏ ਜਦੋਂ ਸਰਕਾਰ ਨੇ ਲੁਕਮਾ ਪਾਇਆ ਮੇਰੀ ਕਮਜ਼ੋਰੀ ਮੁੱਕ ਗਈ ਦਰਦਾਂ ਮੁੱਕ ਗਈਆਂ ਪੀੜਾਂ ਮੁੱਕ ਗਈਆਂ ਗਮ ਮੁੱਕ ਗਏ ਫਰਮਾਂਦੇ ਸਰਕਾਰ ਫਰਮਾਂਦੇ ਬਹਿ ਜਾ ਰੋਟੀ ਖਾ ਲੈ ਆਂਦੇ ਨੇ ਸਰਕਾਰ ਮੇਰੇ ਕੋਲ ਬਹਿ ਗਏ ਮੈਂ ਰੋਟੀ ਖਾਂਦਾ ਰਿਹਾ ਆਂਦੇ ਨੇ ਮੈਂ ਅੱਧੀ ਰੋਟੀ ਖਾਧੀ ਮੇਰੀ ਅੱਖ ਖੁੱਲ ਗਈ ਜਦੋਂ ਮੇਰੀ ਅੱਖ ਖੁੱਲੀ ਮੈਂ ਸੱਜੇ ਨਜ਼ਰ ਮਾਰੀ ਨਾ ਸਦੀਕ ਨਜ਼ਰ ਆਏ ਮੈਂ ਖੱਬੇ ਨਜ਼ਰ ਮਾਰੀ ਨਾ ਉਮਰ ਨਜ਼ਰ ਆਏ ਮੈਂ ਸਾਹਮਣੇ ਨਜ਼ਰ ਮਾਰੀ ਨਾ ਸਰਕਾਰ ਨਜ਼ਰ ਆਏ ਆਂਦੇ ਨੇ ਮੈਂ ਰੋਣ ਲੱਗ ਪਿਆ ਆਂਦੇ ਨੇ ਲੋਕੋ ਰੱਬੇ ਕਾਬਾ ਦੀ ਕਸਮ ਏ ਜਦੋਂ ਮੈਂ ਆਪਣੀ ਚੋਲੀ ਵਿੱਚ ਨਜ਼ਰ ਮਾਰੀ ਜਿਹੜੀ ਰੋਟੀ ਸਰਕਾਰ ਨੇ ਖਾ ਵਿੱਚ ਖਵਾਈ ਸੀ ਉਹ ਅੱਧੀ ਮੈਂ ਖਾ ਲਈ ਸੀ ਜਿਹੜੀ ਅੱਧੀ ਬਚ ਗਈ ਸੀ ਜਦੋਂ ਮੈਂ ਚੋਲੀ ਵਿੱਚ ਵੇਖਿਆ ਉਹ ਰੋਟੀ ਮੇਰੀ ਚੋਲੀ ਵਿੱਚ ਪਈ ਜਿਹੜੀ ਅੱਧੀ ਤਵਜੋ ਹੈ ਜਿਹੜੀ ਅੱਧੀ ਸਰਕਾਰ ਖਾਬ 'ਚ ਖਵਾਈ ਨਾ ਉਹ ਤਾਂ ਖਾ ਲਈ ਅਤੇ ਜਿਹੜੀ ਬਚ ਗਈ ਮੈਂ ਜਦੋਂ ਉੱਠਿਆ ਮੈਂ ਝੋਲੀ 'ਚ ਨਜ਼ਰ ਮਾਰੀ ਅਤੇ ਅੱਧੀ ਰੋਟੀ ਜੇ ਇੱਕ ਝੋਲੀ 'ਚ ਪਈ ਸੀ ਆਏ ਹਾਏ ਹਾਏ ਅਤੇ ਨਾਲੇ ਰੋਂਦੇ ਹੋਣਗੇ ਅਤੇ ਨਾਲੇ ਖਾਂਦੇ ਹੋਣਗੇ ਆਕਾ ਤੇਰੀ ਅੱਖ ਦਾ ਇਸ਼ਾਰਾ ਕੰਮ ਆ ਗਿਆ ਆਕਾ ਤੇਰੀ ਅੱਖ ਦਾ ਇਸ਼ਾਰਾ ਕੰਮ ਆਖਾ ਤੇਰੀ ਅੱਖ ਦਾ ਇਸ਼ਾਰਾ ਕੰਮ ਆ ਗਿਆ ਆਖਾ ਤੇਰੀ ਅੱਖ ਦਾ ਇਸ਼ਾਰਾ ਕੰਮ ਆ ਗਿਆ ਇੱਥੇ ਉੱਥੇ ਤੇਰਾ ਹੀ ਸਹਾਰਾ ਕੰਮ ਗਿਆ ਇੱਥੇ ਉੱਥੇ ਤੇਰਾ ਹੀ ਸਹਾਰਾ ਕੰਮ ਆ ਸੁਣਿਆ ਤੇਰੀ ਅੱਖ ਦਾ ਇਸ਼ਾਰਾ ਕੰਮ ਆ ਗਿਆ ਵਾਕਈ ਮਦੀਨਾ ਉਹ ਬਸਤੀ ਹੈ ਜਿੱਥੋਂ ਕੋਈ ਖਾਲੀ ਨਹੀਂ ਆਉਂਦਾ
ਕਿਉਂਕਿ ਯਾਰ ਮਦੀਨਾ ਸ਼ਹਿਰ ਸੋਹਣੇ ਦਾ ਤਵਜੋ ਹੈ ਤਾਂ ਫਿਰ ਮਦੀਨੇ ਦਾ ਅਦਬ ਕਰਕੇ ਦੱਸਿਆ, ਅੱਲਾ ਦੇ ਵਲੀਆਂ ਨੇ ਵੀ ਦੱਸਿਆ ਤੇ ਸਿਹਾਬਾਂ ਨੇ ਵੀ ਦੱਸਿਆ। ਮੈਂ ਤੁਹਾਨੂੰ ਲੈ ਚੱਲਾਂ ਸਰਗੋਦੀ ਦੀ ਸਰ ਜ਼ਮੀਨ ਤੇ, ਸਿਆਲ ਸ਼ਰੀਫ ਦਾ ਲਾੜਾ ਖਾਜਾ ਮੁਹੰਮਦ ਕਮਰਉਦੀਨ ਸਿਆਲਵੀ, ਉਹ ਆਸ਼ਕ ਹੋਏ ਨੇ, ਉਹ ਆਸ਼ਕ ਹੋਏ ਨੇ। ਅੱਲਾਹੁ ਅਕਬਰ ਕਬੀਰਾ। ਹਾਜੀ ਸਾਹਿਬ, ਖਾਜਾ ਕਮਰਉਦੀਨ ਸਿਆਲਵੀ ਉਹ ਆਸ਼ਕ ਹੋਏ ਨੇ ਕਿ ਮੁਰੀਦਾਂ ਦੇ ਨਾਲ ਇੱਕ ਦਫ਼ਾ ਸਫ਼ਰ ਦੇ ਗਏ ਤੇ ਨਮਾਜ਼ ਦਾ ਵੇਲਾ ਹੋ ਗਿਆ ਤੇ ਇਮਾਮ ਸਾਹਿਬ ਨਮਾਜ਼ ਵੀ ਪੜ੍ਹਾਉਂਦੇ ਨੇ ਤੇ ਇਮਾਮ ਸਾਹਿਬ ਕੋਲ ਗਲਤੀ ਹੋ ਗਈ ਤੇ ਕੋਈ ਵਾਜਿਬ ਛੁੱਟ ਗਿਆ ਤੇ ਤੇ ਇਮਾਮ ਸਾਹਿਬ ਨੂੰ ਪਤਾ ਨਾ ਲੱਗਾ ਤੇ ਖਾਜਾ ਸਾਹਿਬ ਨੂੰ ਪਤਾ ਲੱਗ ਗਿਆ ਤੇ ਸਲਾਮ ਫੇਰੀ ਤੇ ਇੱਕ ਮੁਰੀਦ ਆ ਕਹਿੰਦਾ ਹਜ਼ੂਰ ਇਮਾਮ ਸਾਹਿਬ ਨੇ ਗਲਤੀ ਕਰ ਦਿੱਤੀ, ਹੁਣ ਦੱਸੀਏ ਕਿ ਨਾ ਦੱਸੀਏ। ਫਰਮਾਉਂਦੇ ਨੇ ਇਹਦੇ ਪਿੱਛੇ ਮੈਂ ਨਮਾਜ਼ ਪੜ੍ਹੀਏ, ਮੇਰਾ ਇਮਾਮ ਤੇ ਮੈਂ ਕਿਵੇਂ ਦੱਸਾਂ ਹਜ਼ੂਰ ਉਂਝ ਹੋਈ ਹੈ ਕਿ ਨਹੀਂ ਹੋਈ। ਫਰਮਾਉਂਦੇ ਹੋਈ ਤੇ ਨਹੀਂ, ਪਰ ਮੈਂ ਜ਼ੁਰਤ ਕਿਵੇਂ ਕਰਾਂ, ਮੇਰਾ ਇਸ ਟਾਈਮ ਇਮਾਮ ਹੈ, ਮੈਂ ਕਿਵੇਂ ਦੱਸਾਂ। ਅਤੇ ਫਿਰ ਆਉਂਦੇ ਨੇ ਮੁਰੀਦ ਆਉਂਦੇ ਨੇ ਹਜ਼ੂਰ ਦੱਸਣੀ ਤਾਂ ਪੈਣੀ ਹੈ, ਨਮਾਜ਼ ਤਾਂ ਹੋਈ ਕੋਈ ਨਹੀਂ। ਫਰਮਾਉਂਦੇ ਨੇ ਮੈਂ ਸੋਚਣ ਦਿਆਂ ਵਾਂ ਮੈਂ ਕਿਹੜਾ ਜੁਮਲਾ ਕਵਾਂ ਕਿ ਬੇਅਦਬੀ ਵੀ ਨਾ ਹੋਵੇ, ਬੇਅਦਬੀ ਵੀ ਨਾ ਹੋਵੇ ਅਤੇ ਨਮਾਜ਼ ਵੀ ਦੁਬਾਰਾ ਹੋ ਜਾਵੇ। ਉਹ ਜਿਹਨਾਂ ਇਮਾਮ ਦੀ ਕਦਰ ਕੀਤੀ, ਵਕਤ ਦਾ ਵਲੀ ਹੈ, ਵਕਤ ਦਾ ਇਮਾਮ ਹੈ। ਅਤੇ ਥੋੜ੍ਹੀ ਦੇਰ ਸੋਚ ਸੋਚ ਕੇ ਆਉਂਦੇ ਨੇ ਇਮਾਮ ਸਾਹਿਬ ਤੁਹਾਡੇ ਪਿੱਛੇ ਅਸੀਂ ਨਮਾਜ਼ ਪੜ੍ਹੀਏ, ਤੁਸੀਂ ਸਾਡੇ ਇਮਾਮ ਹੋ ਅਤੇ ਬੜਾ ਮਜ਼ਾ ਆਇਆ ਅਤੇ ਇੱਕ ਵਾਰੀ ਫਿਰ ਨਹੀਂ ਪੜ੍ਹਾਉਂਦੇ, ਇੱਕ ਵਾਰੀ ਫਿਰ ਨਹੀਂ ਪੜ੍ਹਾਉਂਦੇ, ਬੜਾ ਮਜ਼ਾ ਆਇਆ। ਹਾਏ ਹਾਏ, ਇਹ ਉਹ ਵਲੀ ਸਨ ਜਿਹੜੇ ਅਦਬ ਕਰਦੇ ਸਨ। ਆਪ ਦੇ ਕੋਲ ਮੁਰੀਦ ਆ ਗਿਆ ਅਤੇ ਹੱਜ 'ਤੇ ਚੱਲਾ, ਤਾਂ ਜਦੋਂ ਹੱਜ 'ਤੇ ਚੱਲਣ ਤਾਂ ਦਿਲ 'ਚ ਖਿਆਲ ਆਇਆ ਕਿ ਪੀਰਾਂ ਦੀ ਕਦਮਕੁਸੀ ਕਰ ਲਈਏ, ਆ ਕੇ ਕੁੰਡੀ ਖੜਕਾਈ। ਖਾਜਾ ਸਾਹਿਬ ਨੇ ਦਰਵਾਜ਼ਾ ਖੋਲ੍ਹਿਆ, ਹਾਂ ਵੀ ਬੇਲੀ ਆ ਕਿੱਧਰ? ਕਹਿੰਦਾ ਜ਼ੋਰ ਮਦੀਨੇ ਚੱਲਾਂ ਅਤੇ ਇਜਾਜ਼ਤ ਹੈ? ਫਰਮਾਉਂਦੇ ਅੱਛਾ, ਬੜਾ ਖੁਸ਼ਬਖਤ ਹੈ, ਬੜਾ ਖੁਸ਼ਬਖਤ ਹੈ, ਜਾ ਅੱਲਾ ਤੇਰੀ ਖੈਰ ਕਰੇ, ਖੈਰ ਨਾਲ ਜਾਵੀਂ ਅਤੇ ਅਦਬ ਨਾਲ ਰਵੀਂ। ਇੰਨੀ ਗੱਲ ਜੇ ਤੂੰ ਪੀਰਾਂ ਨੇ ਕੀਤੀ ਨਾ ਹਜ਼ੂਰ, ਫਿਰ ਇਜਾਜ਼ਤ ਹੈ? ਫਰਮਾਇਆ ਰੁਕ ਜਾ। ਖਾਜਾ ਸਾਹਿਬ ਅੰਦਰ ਗਏ, ਅੰਦਰੋਂ ਜਾ ਕੇ 17-18 ਗਜ਼ ਚਿੱਟਾ ਕੱਪੜਾ ਲੱਠੇ ਦਾ ਲਿਆਂਦਾ, ਫਰਮਾਇਆ ਕੱਪੜਾ ਲੈ ਜਾ। ਹਜ਼ਰਤ ਨੀ ਵਕਾਰ ਮੇਰੇ ਆਕਾ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਦੀਵਾਨੇ ਹੋ, ਹਜ਼ਰਤ ਖਾਜਾ ਸਾਹਿਬ ਫਰਮਾਉਂਦੇ ਨੇ ਬੇਲੀਆ ਇਹ ਕੱਪੜਾ ਲੈ ਜਾਓ। ਆਂਦਾ ਖਾਜਾ ਸਾਹਿਬ ਅੱਛਾ ਅੱਛਾ ਮੈਨੂੰ ਸਮਝ ਆ ਗਈ ਹੈ, ਮੈਨੂੰ ਪਤਾ ਲੱਗ ਗਿਆ ਇਹ ਤੁਹਾਡੇ ਕਫਨ ਦਾ ਕੱਪੜਾ ਹੈ, ਇਹਨੂੰ ਕਾਬੇ ਦੀਆਂ ਦੀਵਾਰਾਂ ਨਾਲ ਮਸ ਕਰਕੇ ਲਿਆਉਣਾ ਵੇ। ਖਾਜਾ ਸਾਹਿਬ ਰੋਣ ਲੱਗ ਪਏ, ਫਰਮਾਇਆ ਨਾ ਨਾ, ਕਾਬੇ ਦੀਆਂ ਦੀਵਾਰਾਂ ਬੜੀਆਂ ਹੀ ਅਫਜ਼ਲ ਨੇ, ਮੈਂ ਬੜਾ ਗੁਨਾਹਗਾਰ ਹਾਂ। ਆਂਦਾ ਅੱਛਾ ਅੱਛਾ ਮੈਨੂੰ ਪਤਾ ਲੱਗ ਗਿਆ ਇਸ ਕੱਪੜੇ ਨੂੰ ਆਬੇ ਜ਼ਮਜ਼ਮ ਚ ਭਿਓ ਕੇ ਲਿਆਉਣਾ। ਫਰਮਾਉਂਦੇ ਨਾ ਨਾ, ਪਾਣੀ ਬੜਾ ਪਾ ਕੇ ਮੈਂ ਬੜਾ ਗੁਨਾਹਗਾਰ ਹਾਂ। ਆਂਦਾ ਅੱਛਾ ਅੱਛਾ ਮੈਨੂੰ ਪਤਾ ਲੱਗ ਗਿਆ ਏ ਹਜਰੇ ਅਸਵਦ ਦੇ ਨਾਲ ਮਸ ਕਰਕੇ ਲਿਆਉਣਾ। ਫਰਮਾਉਂਦੇ ਨਾ ਨਾ, ਆਂਦਾ ਅੱਛਾ ਅੱਛਾ ਪਤਾ ਲੱਗ ਗਿਆ ਰੁਕਣੇ ਯਮਾਨੀ ਦੇ ਨਾਲ ਮਸ ਕਰਕੇ ਲਿਆਉਣਾ। ਫਰਮਾਉਂਦੇ ਨਾ ਨਾ,
ਬੜਾ ਅਫਜ਼ਲ ਏ, ਮੈਂ ਬੜਾ ਗੁਨਾਹਗਾਰ ਆ। ਆਂਦਾ ਅੱਛਾ ਅੱਛਾ ਪੀਰ ਜੀ ਮੈਨੂੰ ਸਮਝ ਆ ਗਈ ਏ। ਫਰਮਾਂਦੇ ਕੀ ਸਮਝ ਆਈ ਆ? ਆਂਦਾ ਮੈਨੂੰ ਪਤਾ ਲੱਗਿਆ ਮਦੀਨੇ ਦੀਆਂ ਜਾਲੀਆਂ ਨਾਲ ਮਸ ਕਰਕੇ ਲਿਆਉਣਾ। ਖਾਜਾ ਸਾਹਿਬ ਰੋਣ ਲੱਗ ਪਏ, ਫਰਮਾਂਦੇ ਨਾ ਨਾ ਮਦੀਨੇ ਦੀਆਂ ਜਾਲੀਆਂ ਵੀ ਬੜੀਆਂ ਹੀ ਅਫਜ਼ਲ ਨੇ, ਮੈਂ ਬੜਾ ਗੁਨਾਹਗਾਰ ਹਾਂ। ਆਂਦਾ ਪੀਰ ਜੀ ਫਿਰ ਦੱਸੋ ਤੇ ਸਹੀ, ਇਸ ਕੱਪੜੇ ਦਾ ਕੀ ਕਰਨਾ ਵੇ? ਨਾ ਕਾਬੇ ਦੀਆਂ ਦੀਵਾਰਾਂ ਨਾਲ ਲਾਉਣਾ, ਨਾ ਆਬੇ ਜ਼ਮਜ਼ਮ ਚ ਗਿੱਲਾ ਕਰਨਾ, ਨਾ ਹਜਰੇ ਅਸਵਦ ਨੂੰ ਲਾਉਣਾ, ਨਾ ਮਦੀਨੇ ਦੀਆਂ ਜਾਲੀਆਂ ਨੂੰ ਲਾਉਣਾ, ਫਿਰ ਇਹਦਾ ਕੀ ਕਰਨਾ? ਖਾਜਾ ਸਾਹਿਬ ਰੋ ਕੇ ਕਹਿੰਦੇ, ਉਹ ਬੇਲੀਆ ਜਦੋਂ ਮਦੀਨੇ ਜਾਵੇ ਮਦੀਨੇ ਦੀ ਗਲੀ ਚ ਖਲੋ ਜਾਈ, ਜਦੋਂ ਮਦੀਨੇ ਦੀ ਗਲੀ ਚ ਖਲੋਵੇਂਗਾ ਉਧਰੋਂ ਕੁੱਤਾ ਨਜ਼ਰ ਆਵੇ ਮੇਰਾ ਕਫਨ ਜ ਕਰਕੇ ਮਦੀਨੇ ਦੀਆਂ ਗਲੀਆਂ ਚ ਵਿਛਾ ਦੀ, ਤੇ ਕੁੱਤੇ ਦੇ ਸਾਹਮਣੇ ਹੱਥ ਬਣ ਲਈ ਤੇ ਆਖੀ ਮਦੀਨੇ ਦੇ ਆ ਕੁੱਤਿਆ ਇੱਕ ਕਦਮ ਇਸ ਕਫਨ ਤੇ ਰੱਖ ਦੇ, ਇੱਕ ਕਦਮ ਇਸ ਕਫਨ ਤੇ ਰੱਖ ਦੇ। ਹਜ਼ਰਾਤ ਮੁਰੀਦ ਰੋਣ ਲੱਗ ਪਿਆ, ਰੋਂਦਾ ਰੋਂਦਾ ਇਜਾਜ਼ਤ ਲਈ ਮੱਕੇ ਆ ਗਿਆ, ਮਦੀਨੇ ਆ ਗਿਆ। ਲੋਕੋ ਸੁਣੋ ਮਦੀਨੇ ਦੀ ਸ਼ਾਨ, ਸੁਣੋ ਮਦੀਨੇ ਦਾ ਅਦਬ। ਜਦੋਂ ਮਦੀਨੇ ਵਿੱਚ ਆਇਆ ਖਾਜਾ ਸਾਹਿਬ ਦੀ ਗੱਲ ਯਾਦ ਆ ਗਈ, ਮੇਰੇ ਪੀਰ ਨੇ ਆਖਿਆ ਸੀ, ਮੇਰੇ ਪੀਰ ਨੇ ਵਸੀਅਤ ਕੀਤੀ ਸੀ, ਹਜ਼ਰਾਤ ਕਫਨ ਲੈ ਲਿਆ ਮਦੀਨੇ ਦੀ ਗਲੀ 'ਚ ਖਲੋ ਗਿਆ। ਇੱਕ ਦਿਨ ਖਲੋਤਾ ਰਿਹਾ, ਦੂਜਾ ਦਿਨ ਖਲੋਤਾ ਰਿਹਾ, ਤੀਜਾ ਦਿਨ ਖਲੋਤਾ ਰਿਹਾ, ਪਰ ਕੁੱਤਾ ਨਜ਼ਰ ਨਾ ਆਵੇ। ਹਜ਼ਰਾਤ ਜਦੋਂ ਚੌਥੇ ਦਿਨ ਗਲੀ 'ਚ ਆਇਆ ਅੱਖਾਂ 'ਚ ਅੱਥਰੂ ਆ ਗਏ ਤੇ ਰੋ ਕੇ ਆਉਂਦਾ, ਮਦੀਨੇ ਵਾਲਿਆ ਤੇਰੇ ਦਰ ਤੋਂ ਅੱਜ ਤੱਕ ਕੋਈ ਖਾਲੀ ਨਹੀਂ ਗਿਆ, ਸੋਹਣਿਆ ਮੇਰੇ ਪੀਰ ਰੱਖਿਆ ਸੀ ਇਹ ਕੁੱਤੇ ਦੇ ਪੈਰ ਤੇ ਕਫਨ ਲਵਾ ਕੇ ਲਿਆਉਣਾ, ਪਰ ਮੈਂ ਕੀ ਕਰਾਂ? ਹਜ਼ਰਾਤ ਨਾਲੇ ਰੋਈ ਜਾਂਦਾ, ਨਾਲੇ ਮਦੀਨੇ ਦੀ ਗਲੀ 'ਚ ਨੁੱਕਰ 'ਚ ਰੋਂਦਾ ਹੈ। ਹਜ਼ਰਾਤ ਥੋੜ੍ਹੀ ਦੇਰ ਗੁਜ਼ਰੀ, ਛੋਟੇ ਛੋਟੇ ਕੁੱਤੇ, ਚਾਰ ਛੋਟੇ ਛੋਟੇ ਕੁੱਤੇ ਆ ਕੇ ਬੜਾ ਖੁਸ਼ ਹੋਇਆ ਤੇ ਖੁਸ਼ ਹੋ ਕੇ ਜਲਦੀ ਨਾਲ ਕਫਨ ਖੋਲਿਆ ਤੇ ਕਫਨ ਖੋਲ ਕੇ ਗਲੀ 'ਚ ਵਿਛਾ ਦਿੱਤਾ। ਆਉਂਦਾ ਮਦੀਨੇ ਦੀ ਉਹ ਕੁੱਤਿਓ, ਇੱਕ ਵਾਰੀ ਆ ਜਾਓ ਮੇਰੇ ਪੀਰ ਦੇ ਕਫਨ ਤੇ ਪੈਰ ਰੱਖ ਦੋ। ਹਜ਼ਰਾਤ ਮਦੀਨੇ ਦੇ ਕੁੱਤੇ ਛੋਟੇ ਛੋਟੇ ਚਲਦਿਆਂ ਚਲਦਿਆਂ ਜਦੋਂ ਕਫਨ ਦੇ ਕੋਲ ਆਏ, ਇੰਜ ਕਰਕੇ ਕਫਨ ਨੂੰ ਸੁੰਘਿਆ, ਪੈਰ ਨਹੀਂ ਰੱਖਿਆ, ਕਫਨ ਨੂੰ ਸੁੰਘਿਆ ਤੇ ਸੁੰਘ ਕੇ ਪਿੱਛੇ ਹੋ ਗਏ। ਹੁਣ ਮੈਂ ਕਿਹਾ ਕੁੱਤਿਆਂ ਨੂੰ ਵੀ ਪਤਾ ਏ ਇਹ ਕਿਸੇ ਆਮ ਬੰਦੇ ਦਾ ਕਫਨ ਨਹੀਂ, ਅੱਲਾ ਦੇ ਵਲੀ ਦਾ ਕਫਨ, ਬਲੀ ਦਾ ਕਫਨ। ਹਜ਼ਰਾਤ ਮਦੀਨੇ ਦੇ ਕੁੱਤੇ ਪਿੱਛੇ ਹੋ ਗਏ, ਬੰਦਾ ਰੋਣ ਲੱਗ ਪਿਆ। ਆਂਦਾ ਮਦੀਨੇ ਦੇ ਉਹ ਕੁੱਤਿਓ, ਓਏ ਪੈਰ ਰੱਖ ਦੋ। ਹਜ਼ਰਾਤ ਕੁੱਤੇ ਪੈਰ ਨਹੀਂ ਰੱਖਦੇ, ਰੋਣਾ ਸ਼ੁਰੂ ਕਰ ਦਿੱਤਾ, ਕੁੱਤੇ ਪਿੱਛੇ ਮੁੜ ਗਏ। ਹੁਣ ਜਿੱਧਰ ਜਿੱਧਰ ਕੁੱਤੇ ਜਾਂਦੇ ਨੇ ਉੱਧਰ ਉੱਧਰ ਕਫਨ ਲੈ ਕੇ ਜਾਂਦਾ, ਜਿੱਧਰ ਜਿੱਧਰ ਕੁੱਤੇ ਜਾਂਦੇ ਉੱਧਰ ਉੱਧਰ ਕਫਨ ਲੈ ਕੇ ਜਾਂਦਾ। ਹਜ਼ਰਾਤ ਇੱਕ ਗਲੀ ਦਾ ਮੋੜ ਆਇਆ ਤੇ ਚੀਖ ਮਾਰ ਕੇ ਕਹਿੰਦਾ, ਆਂਦਾ ਪੀਰ ਜੀ ਮੈਂ ਤੇ ਤਰਲੇ ਪਿਆ ਪਾਨਾ ਵਾ, ਇਹ ਨਹੀਂ ਜੇ ਫਿਮਣਦੇ। ਹਜ਼ਰਾਤ ਇੰਨੀ ਗੱਲ ਕੀਤੀ ਕੁੱਤੇ ਰੁਕ ਗਏ,
ਜਦੋਂ ਕੁੱਤੇ ਰੁਕ ਗਏ ਇੰਜ ਕਰਕੇ ਕਫਨ ਵਿਛਾ ਦਿੱਤਾ। ਜਦੋਂ ਕਫਨ ਵਿਛਾਇਆ ਇੱਕ ਕੁੱਤਾ ਆਇਆ, ਉਹਨੇ ਇੰਜ ਕਰਕੇ ਉੱਤੇ ਪੈਰ ਰੱਖਿਆ, ਪੈਰ ਰੱਖ ਕੇ ਪਿੱਛੇ ਕਰ ਦਿੱਤਾ। ਇੰਨੀ ਜਲਦੀ ਦੇ ਨਾਲ ਕਫਨ ਲਪੇਟਿਆ, ਕਫਨ ਲਪੇਟ ਕੇ ਜਦੋਂ ਵਾਪਸ ਪਾਕਿਸਤਾਨ ਆ ਗਿਆ, ਆਪਣੇ ਪੀਰ ਦੇ ਕੋਲ ਆਇਆ, ਸਿਆਲ ਸ਼ਰੀਫ ਦੇ ਲਾੜੇ ਨੂੰ ਸਾਰੀ ਗੱਲ ਸੁਣਾਈ। ਹਜ਼ਰਾਤ ਮੇਰੇ ਆਕਾ ਦੇ ਦੀਵਾਨੇ ਹੋ, ਨਾਲੇ ਸਿਆਲ ਸ਼ਰੀਫ ਦਾ ਲਾੜਾ ਰੋਂਦਾ ਏ, ਨਾਲੇ ਆਂਦੇ ਨੇ ਬੜੀ ਮਿਹਰਬਾਨੀ, ਉਹ ਮੇਰੇ ਤੇ ਬੜਾ ਵੱਡਾ ਅਹਿਸਾਨ ਕੀਤਾ ਈ। ਆਂਦਾ ਹਜ਼ੂਰ ਦੱਸੋ ਤੇ ਸਹੀ ਇਹਦਾ ਕੀ ਕਰੋਗੇ? ਫਰਮਾਂਦੇ ਬੇਲੀਆ, ਜਦੋਂ ਮੈਨੂੰ ਕਬਰ ਵਿੱਚ ਉਤਾਰਿਆ ਜਾਵੇਗਾ, ਫਰਿਸ਼ਤੇ ਆ ਜਾਣਗੇ, ਮੇਰੇ ਨਬੀ ਆ ਜਾਣਗੇ। ਜਦੋਂ ਫਰਿਸ਼ਤੇ ਪੁੱਛਣਗੇ, ਓਏ ਦੱਸ ਤੇ ਸਹੀ ਇਸ ਨਬੀ ਬਾਰੇ ਕੀ ਜਾਣਨਾ ਵੇ, ਤੇ ਮੈਂ ਆਖਾਂਗਾ ਓਏ ਨਬੀ ਤੇ ਵਰਾਉਲ ਵਰਾਏ, ਮੈਂ ਤੇ ਨਬੀ ਦੇ ਸ਼ਹਿਰ ਦੇ ਕੁੱਤਿਆਂ ਦਾ ਵੀ ਹਯਾ ਕਰਦਾ ਰਿਹਾ। ਜਦੋਂ ਕਬਰ 'ਚ ਫਰਿਸ਼ਤੇ ਆ ਜਾਣਗੇ ਨਾ, ਤਾਂ ਪੁੱਛਣਗੇ ਦੱਸ ਨਬੀ ਬਾਰੇ ਕੀ ਜਾਣਨਾ। ਫਰਮਾਉਂਦੇ ਉਸ ਵੇਲੇ ਆਖਾਂਗਾ ਨਬੀ ਤਾਂ ਵਰਾਉਲ ਵਰਾਏ, ਤੁਸੀਂ ਨਬੀ ਬਾਰੇ ਪੁੱਛਦੇ ਹੋ, ਇਹਦੇ ਦੀਆਂ ਤਸ਼ਾਨਾਂ ਹੀ ਵਰਾ ਨੇ ਨਾ, ਮੈਂ ਤਾਂ ਨਬੀ ਦੇ ਸ਼ਹਿਰ ਦੇ ਕੁੱਤਿਆਂ ਦਾ ਅਦਬ ਕਰਦਾ ਰਿਹਾ ਵਾਂ। ਆਏ ਹਾਏ, ਉਹਨਾਂ ਮਦੀਨੇ ਦਾ ਅਦਬ ਕਰਕੇ ਦੱਸਿਆ। ਮੇਰੇ ਇਮਾਮ ਅਬੂ ਆਜ਼ਮ ਅਬੂ ਹਨੀਫਾ ਰਹਿਮਤੁਲਾਹੀ ਤਾਲਾ ਅਲੇ ਜਦੋਂ ਮਦੀਨੇ ਜਾਂਦੇ ਸਨ ਨਾ, ਤੇ ਆਪਣੀਆਂ ਪਲਕਾਂ ਨਾਲ ਮਦੀਨੇ ਦਾ ਸਿਰ ਸਾਫ਼ ਕਰਦੇ ਸਨ। ਆਸ਼ਕ ਬੰਦਾ ਜਿਹੜਾ ਹੁੰਦਾ ਨਾ ਆਸ਼ਕ, ਉਹ ਮਦੀਨੇ ਦੀ ਹਰ ਚੀਜ਼ ਦਾ ਅਦਬ ਕਰਦਾ, ਹਰ ਚੀਜ਼ ਦਾ ਅਦਬ ਕਰਦਾ। ਅੱਲਾਹੁ ਅਕਬਰ। ਪਰ ਕਦਰ ਕਿਸੇ ਕਿਸੇ ਨੂੰ ਹੋਈ। ਆ ਪਿੱਛੇ ਜੀ ਗੱਲ ਹੋਈ ਨਾ ਉਹਨਾਂ ਨੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਮਿੰਬਰ ਤੇ, ਸਿਆਸਤ ਦੀ ਗੱਲ ਹੀ ਨਹੀਂ ਕਰਨਾ ਚਾਹੁੰਦਾ। ਮਦੀਨੇ ਦੇ ਪਾਕ ਦੇ ਜਦੋਂ ਸ਼ੋਰ ਮੱਚਿਆ ਤਾਂ ਉਹਨਾਂ ਕਿਹਾ ਜੀ ਅਸੀਂ ਤਾਂ ਮਸਜਿਦ ਅੰਦਰ ਨਹੀਂ, ਅਸੀਂ ਤਾਂ ਬਾਹਰ ਸਾਂ। ਉਹ ਮੈਂ ਕਿਹਾ ਬਾਹਰ ਹੋਵੇ ਜਾਂ ਅੰਦਰ ਹੋਵੇ, ਹੈ ਤਾਂ ਸੋਹਣੇ ਦਾ ਸ਼ਹਿਰ ਨਾ, ਹੈ ਤਾਂ ਮਦੀਨਾ ਨਾ, ਤੈਨੂੰ ਹਯਾ ਨਹੀਂ ਆਉਂਦਾ? ਹਾਏ ਹਾਏ। ਪਰ ਕਦਰ ਨਬੀ ਦਾ ਇਹ ਕੀ ਜਾਣਨ ਦੁਨੀਆਦਾਰ ਕਮੀਨੇ। ਹਾਏ ਹਾਏ। ਮੀਆਂ ਸਾਹਿਬ ਨੇ ਕਲਮ ਚੁੱਕੀ ਬੜੀ ਸੋਹਣੀ, ਸੁਣਾ ਦੇਵਾਂ। ਮੀਆਂ ਸਾਹਿਬ ਫਰਮਾਉਂਦੇ ਕਦਰ ਨਬੀ ਦਾ ਕੀ ਜਾਣਨ ਤੇ ਦੁਨੀਆਦਾਰ ਕਮੀਨੇ, ਤੇ ਕਦਰ ਨਬੀ ਦਾ ਸੁਣੀ ਜਾਣਨ ਤੇ ਸਾਫ ਜਿਨ੍ਹਾਂ ਦੇ ਸੀਨੇ। ਇਹਨਾਂ ਨੂੰ ਕੀ ਪਤਾ ਹੋਵੇ ਮਦੀਨੇ ਦੀ ਸ਼ਾਨ ਕੀ ਹੈ, ਨਬੀ ਦਾ ਮੁਕਾਮ ਕੀ ਹੈ? ਅੱਲਾਹੁ ਅਕਬਰ ਕਬੀਰਾ। ਹਿੰਦੁਸਤਾਨ ਦੇ ਅੰਦਰ ਬੜੇ ਵੱਡੇ ਆਲਮੇ ਦੀਨ ਹੋਏ ਨੇ ਬਜ਼ੁਰਗ। ਮੈਂ ਆਖਰੀ ਬਾਤ ਕਰ ਰਹੀ, ਆਪ ਫਰਮਾਉਂਦੇ ਨੇ ਮੈਂ ਮਦੀਨੇ ਚਲਾ ਗਿਆ ਤੇ ਸਾਰੇ ਘਰ ਵਾਲਿਆਂ ਦੇ ਨਾਲ, ਫਰਮਾਉਂਦੇ ਮੈਂ ਸਾਰੇ ਘਰ ਵਾਲਿਆਂ ਦੇ ਨਾਲ ਮਦੀਨੇ ਚਲਾ ਗਿਆ ਤੇ ਮੈਂ ਮਦੀਨੇ ਦੇ ਵਿੱਚ ਜਾ ਕੇ ਨਾ ਸਰਕਾਰ ਦੇ ਰੋਜ਼ੇ ਕੋਲ ਮਕਾਨ ਕਿਰਾਏ 'ਤੇ ਲੈ ਲਿਆ। ਉਹ ਕਿੱਡਾ ਖੁਸ਼ ਨਸੀਬ ਪੜੋਸੀ ਉਹ ਜਿਹੜਾ ਹੋਏ ਸਰਕਾਰ ਦਾ,
ਫਰਮਾਉਂਦੇ ਮੈਂ ਮਕਾਨ ਕਿਰਾਏ 'ਤੇ ਲੈ ਲਿਆ ਅਤੇ ਮੈਂ ਹੁਣ ਅਸੀਂ ਆਏ ਮਦੀਨੇ ਵਾਸਤੇ ਹਾਂ, ਮੈਂ ਸਵੇਰੇ ਫਜਰ ਵੇਲੇ ਜਾਣਾ ਅਤੇ ਸਰਕਾਰ ਦੇ ਰੋਜ਼ੇ ਕੋਲ ਜਾ ਕੇ ਨਮਾਜ਼ ਪੜ੍ਹਨੀ ਅਤੇ ਬਹਿ ਜਾਣਾ ਅਤੇ ਮੈਂ ਛਾਪ ਪੜ੍ਹ ਕੇ ਘਰ ਆਉਣਾ, ਮੇਰਾ ਮਾਮੂਲ ਬਣ ਗਿਆ। ਫਰਮਾਉਂਦੇ ਇੱਕ ਦਿਨ ਮੈਂ ਮਗਰਬ ਦੀ ਨਮਾਜ਼ ਤੋਂ ਬਾਅਦ ਘਰ ਆ ਗਿਆ, ਛਾਂ ਨਾ ਪੜ੍ਹੀ, ਕੰਮ ਸੀ ਜ਼ਰਾ ਅਤੇ ਮੈਂ ਘਰ ਆ ਗਿਆ ਮਗਰਬ ਤੋਂ ਬਾਅਦ। ਫਰਮਾਉਂਦੇ ਮੈਂ ਘਰ ਆਇਆ ਅਤੇ ਘਰ ਖਾਣਾ ਪੱਕਿਆ ਸੀ, ਗੋਸ਼ਤ ਪੱਕਿਆ ਸੀ ਅਤੇ ਮੇਰੇ ਘਰ ਵਾਲੀ ਨੇ ਖਾਣਾ ਲਿਆ ਕੇ ਅੱਗੇ ਧਰ ਦਿੱਤਾ ਅਤੇ ਮੈਂ ਗੋਸ਼ਤ ਖਾਧਾ ਅਤੇ ਹੱਡੀਆਂ ਮੈਂ ਛਾਪਰ 'ਚ ਪਾਈਆਂ ਅਤੇ ਛਾਪਰ 'ਚ ਪਾ ਕੇ ਅਤੇ ਦਰਵਾਜ਼ੇ ਤੋਂ ਬਾਹਰ ਜਿੱਥੇ ਜਗ੍ਹਾ ਹੁੰਦੀ ਉੱਥੇ ਰੱਖ ਦਿੱਤੀਆਂ। ਫਰਮਾਉਂਦੇ ਥੋੜ੍ਹੀ ਦੇਰ ਗੁਜ਼ਰੀ ਅਤੇ ਇੱਕ ਬੱਚਾ ਆਇਆ ਅਤੇ ਮੈਂ ਵੇਖਿਆ ਕਿ ਉਹ ਬੱਚਾ ਛਾਪਰ ਖੋਲ੍ਹ ਕੇ ਅਤੇ ਹੱਡੀਆਂ ਪਿਆ ਚੂਸੇ, ਉਹ ਹੱਡੀਆਂ ਚੂਸੇ। ਫਰਮਾਉਂਦੇ ਮੇਰੇ ਕੋਲ ਰਿਹਾ ਨਾ ਗਿਆ ਅਤੇ ਮੈਂ ਕਿਹਾ ਬੱਚਾ ਯਤੀਮ ਹੈ ਅਤੇ ਨਾਬਾਲਗ ਹੈ, ਤੈਨੂੰ ਕਿੰਨੀ ਕੁ ਭੁੱਖ ਲੱਗੀ ਹੋਵੇਗੀ, ਅਤੇ ਯਾਰ ਦੇ ਸ਼ਹਿਰ ਦਾ ਬੱਚਾ। ਮੈਂ ਉਹਨੂੰ ਜਾ ਕੇ ਆਖਿਆ ਬੱਚਿਆ ਭੁੱਖ ਲੱਗੀ ਆ, ਅਤੇ ਬੱਚੇ ਦੀਆਂ ਅੱਖਾਂ 'ਚ ਉਥਰੂ ਆ ਕੇ ਅਤੇ ਕਹਿੰਦਾ ਭੁੱਖ ਲੱਗੀ ਹੈ। ਫਰਮਾਉਂਦੇ ਮੈਂ ਬੱਚੇ ਨੂੰ ਚੁੱਕਿਆ ਅਤੇ ਮੈਂ ਜਾ ਕੇ ਨਾ ਅੰਦਰ ਆਪਣੀ ਗੋਦੀ 'ਚ ਬਿਠਾ ਦਿੱਤਾ ਅਤੇ ਮੈਂ ਆਪਣੀ ਘਰ ਵਾਲੀ ਨੂੰ ਆਖਿਆ ਜ਼ਰਾ ਰੋਟੀਆਂ ਵੀ ਪਕਾ ਅਤੇ ਸਾਲਣ ਵੀ ਪਿਆ, ਅੱਜ ਇਸ ਬੱਚੇ ਦੀ ਅਸੀਂ ਖਿਦਮਤ ਕਰ ਦਈਏ। ਹਾਏ ਹਜ਼ਰਤ ਨੀ ਵਕਾਰ ਮੇਰੇ ਆਕਾ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਦੀਵਾਨੇ ਹੋ, ਹਾਜੀ ਸਾਹਿਬ ਫਰਮਾਉਂਦੇ ਨੇ ਲੋਕੋ ਮੈਂ ਉਸ ਬੱਚੇ ਨੂੰ ਚੁੱਕਿਆ ਅਤੇ ਅੰਦਰ ਲੈ ਆਇਆ, ਮੈਂ ਆਪਣੀ ਗੋਦ 'ਚ ਬੱਚੇ ਨੂੰ ਬਿਠਾਇਆ ਅਤੇ ਮੈਂ ਕਿਹਾ ਬੱਚਿਆਂ ਭੁੱਖ ਲੱਗੀ ਹੈ। ਆਂਦਾ ਹਾਜੀ ਸਾਹਿਬ ਬੜੀ ਭੁੱਖ ਲੱਗੀ ਹੈ। ਮੈਂ ਬੱਚੇ ਨੂੰ ਖਾਣਾ ਖਵਾਇਆ ਅਤੇ ਖਾਣਾ ਖਵਾ ਕੇ ਮੈਂ ਬੱਚਿਆਂ ਤੇਰੀ ਮਾਂ ਕੋਈ ਨਹੀਂ, ਤੇਰਾ ਬਾਪ ਕੋਈ ਨਹੀਂ, ਅਤੇ ਬੱਚਾ ਰੋਣ ਲੱਗ ਪਿਆ। ਆਂਦਾ ਹਾਜੀ ਸਾਹਿਬ ਜੇ ਮੇਰੀ ਮਾਂ ਹੀ ਆਉਂਦੀ, ਜੇ ਕਦੀ ਮੇਰਾ ਬਾਪ ਆਉਂਦਾ ਤੇ ਮੈਂ ਜੇ ਹੱਡੀਆਂ ਨਾ ਚੂਸਦਾ। ਹਾਜੀ ਸਾਹਿਬ ਫਰਮਾਉਂਦੇ ਨੇ ਮੇਰੀਆਂ ਅੱਖਾਂ 'ਚ ਅੱਥਰੂ ਆ ਗਏ। ਮੈਂ ਕਿਹਾ ਬੱਚਿਆ ਤੇਰੀ ਮਾਂ ਵੀ ਕੋਈ ਨਹੀਂ, ਤੇਰਾ ਬਾਪ ਵੀ ਕੋਈ ਨਹੀਂ। ਉਹ ਬੱਚਿਆ ਭੈਣ ਭਰਾ ਨਹੀਂ ਆਉਂਦਾ ਸੋਹਣਿਆ, ਨਾ 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 ਮੇਰੀ ਮਾਂ ਏ, ਨਾ ਮੇਰੀਆਂ ਭੈਣਾਂ ਨੇ, ਨਾ ਮੇਰਾ ਬਾਪ ਏ। ਹਾਜੀ ਸਾਹਿਬ ਫਰਮਾਉਂਦੇ ਨੇ ਬੱਚਿਆ ਗਮ ਨਾ ਕਰੀ, ਅੱਜ ਤੋਂ ਬਾਅਦ ਮੈਂ ਤੇਰਾ ਬਾਪ ਹਾਂ, ਮੇਰੀ ਬੀਵੀ ਤੇਰੀ ਮਾਂ ਏ, ਮੇਰੀਆਂ ਬੱਚੀਆਂ ਤੇਰੀਆਂ ਭੈਣਾਂ ਨੇ, ਮੇਰੇ ਪੁੱਤਰ ਤੇਰੇ ਵੀਰ ਨੇ। ਉਹ ਬੱਚਿਆ ਕੰਮ ਨਾ ਕਰੀ, ਮੈਂ ਜਦੋਂ ਵਾਪਸ ਆਪਣੇ ਵਤਨ ਜਾਵਾਂਗਾ ਤੈਨੂੰ ਨਾਲ ਲੈ ਜਾਵਾਂਗਾ। ਬੱਚਿਆ ਜਿੱਥੇ ਆਪਣੇ ਪੁੱਤਰਾਂ ਦੀ ਸ਼ਾਦੀ ਕਰਾਂਗਾ ਮੈਂ ਤੇਰੀ ਵੀ ਸ਼ਾਦੀ ਕਰਾਂਗਾ, ਜੇ ਆਪਣੇ ਪੁੱਤਰਾਂ ਨੂੰ ਜ਼ਮੀਨ ਦੇਵਾਂਗਾ ਉਹ ਬੱਚਿਆ ਤੈਨੂੰ ਵੀ ਦੇਵਾਂਗਾ, ਜੇ ਆਪਣੇ ਪੁੱਤਰਾਂ ਨੂੰ ਵਿਰਾਸਤ ਦਾ ਹੱਕਦਾਰ ਬਣਾਵਾਂਗਾ ਮੈਂ ਤੈਨੂੰ ਵੀ ਬਣਾਵਾਂਗਾ, ਜੇ ਆਪਣੇ ਪੁੱਤਰਾਂ ਨੂੰ ਗੱਡੀਆਂ ਲੈ ਕੇ ਦੇਵਾਂਗਾ ਉਹ ਬੱਚਿਆ ਤੈਨੂੰ ਵੀ ਲੈ ਕੇ ਦੇਵਾਂਗਾ। ਉਹ ਬੱਚਿਆ ਕੰਮ ਨਾ ਕਰੀ, ਦੌਲਤ ਵੀ ਮਿਲ ਜਾਏਗੀ, ਗੱਡੀਆਂ ਵੀ ਮਿਲ ਜਾਣਗੀਆਂ, ਮਾਂ ਦਾ ਪਿਆਰ ਵੀ ਮਿਲੇਗਾ, ਬਾਪ ਦਾ ਪਿਆਰ ਵੀ ਮਿਲੇਗਾ। ਹਾਜੀ ਸਾਹਿਬ ਫਰਮਾਉਂਦੇ ਨੇ ਮੈਂ ਇੰਨੀਆਂ ਗੱਲਾਂ ਪਿਆ ਕਰਨਾ, ਬੱਚਾ ਮੇਰੀ ਗੋਦ 'ਚ ਉੱਠਿਆ, ਉੱਠ ਕੇ ਦੌੜ ਲਾ ਦਿੱਤੀ,
ਉੱਥੇ ਦਰਵਾਜ਼ੇ ਤੋਂ ਬਾਹਰ ਜਾ ਕੇ ਮੈਨੂੰ ਇਸ਼ਾਰਾ ਕਰਕੇ ਆਉਂਦਾ, ਆਉਂਦਾ ਹਾਜੀ ਜੀ ਜ਼ਰਾ ਬਾਹਰ ਆਇਆ ਜੇ। ਹਾਜੀ ਸਾਹਿਬ ਕਹਿੰਦੇ ਮੈਂ ਬਾਹਰ ਗਿਆ, ਬੱਚਾ ਮੈਨੂੰ ਉਂਗਲੀ ਤੋਂ ਫੜ ਕੇ ਸਰਕਾਰ ਦੇ ਰੋਜ਼ੇ 'ਤੇ ਲੈ ਗਿਆ। ਆਉਂਦਾ ਹਾਜੀ ਜੀ ਸਰਕਾਰ ਦੇ ਰੋਜ਼ੇ 'ਤੇ ਖਲੋਤੇ ਹੋ, ਮੈਨੂੰ ਦੱਸੋ ਮੈਨੂੰ ਮਾਂ ਦਾ ਪਿਆਰ ਵੀ ਦੇਵੋਗੇ? ਹਾਜੀ ਸਾਹਿਬ ਕਹਿੰਦੇ ਹਾਂ ਬੇਟਾ, ਤੈਨੂੰ ਮਾਂ ਦਾ ਪਿਆਰ ਵੀ ਦੇਵਾਂਗਾ। ਹਾਜੀ ਜੀ ਮੈਨੂੰ ਬਾਪ ਦਾ ਪਿਆਰ ਵੀ ਮਿਲੇਗਾ? ਹਾਂ ਬੇਟਾ ਤੈਨੂੰ ਬਾਪ ਦਾ ਪਿਆਰ ਵੀ ਮਿਲੇਗਾ, ਮੈਨੂੰ ਗੱਡੀਆਂ ਮਿਲਣਗੀਆਂ ਬੇਟਾ, ਤੈਨੂੰ ਗੱਡੀਆਂ ਮਿਲਣਗੀਆਂ। ਹਾਜੀ ਸਾਹਿਬ ਮੈਨੂੰ ਜ਼ਮੀਨ ਵੀ ਮਿਲੇਗੀ, ਉਹ ਪੁੱਤਰ ਤੈਨੂੰ ਜ਼ਮੀਨ ਵੀ ਮਿਲੇਗੀ। ਹਾਜੀ ਜੀ ਮੈਨੂੰ ਭੈਣਾਂ ਦਾ ਪਿਆਰ ਵੀ ਲੱਭੇਗਾ, ਬੇਟਾ ਤੈਨੂੰ ਭੈਣਾਂ ਦਾ ਪਿਆਰ ਵੀ ਲੱਭੇਗਾ। ਬੱਚਾ ਰੋਈ ਜਾਂਦਾ ਰੋਈ ਜਾਂਦਾ ਤੇ ਰੋ ਕੇ ਆਉਂਦਾ, ਹਾਜੀ ਜੀ ਇੱਕ ਗੱਲ ਤੇ ਦੱਸੋ, ਕਿਆ ਮੈਨੂੰ ਸਰਕਾਰ ਦਾ ਰੋਜ਼ਾ ਵੀ ਲੱਭੇਗਾ? ਕਿਆ ਮੈਨੂੰ ਉੱਥੇ ਸਰਕਾਰ ਦਾ ਰੋਜ਼ਾ ਵੀ ਲੱਭੇਗਾ? ਹਾਜੀ ਸਾਹਿਬ ਦੀਆਂ ਚੀਖਾਂ ਨਿਕਲ ਗਈਆਂ ਤੇ ਰੋ ਕੇ ਆਉਂਦੇ, ਪੁੱਤਰਾ ਜੇ ਰੋਜ਼ਾ ਹੀ ਉੱਥੇ ਹੁੰਦਾ ਤੇ ਮੈਂ ਇੱਥੇ ਕੀ ਲੈਣ ਆਉਂਦਾ? ਉਹ ਬੱਚਿਆ ਗੱਡੀਆਂ ਤੇ ਦੇ ਸਕਣਾ ਵਾ, ਕੋਠੀਆਂ ਤੇ ਦੇ ਸਕਣਾ ਵਾ, ਪੁੱਤਰ ਤੇ ਦੇ ਸਕਣਾ ਵਾ, ਪਰ ਸਰਕਾਰ ਦਾ ਰੋਜ਼ਾ ਉੱਥੇ ਨਹੀਂ ਹੈ। ਤੇ ਬੱਚਾ ਰੋ ਕੇ ਆਉਂਦਾ, ਹਾਜੀ ਜੀ ਫਿਰ ਤੁਹਾਡੀਆਂ ਗੱਡੀਆਂ, ਤੁਹਾਨੂੰ ਮੁਬਾਰਕ, ਤੁਹਾਡੀਆਂ ਜ਼ਮੀਨਾਂ, ਤੁਹਾਨੂੰ ਮੁਬਾਰਕ, ਮੈਨੂੰ ਨਾ ਗੱਡੀਆਂ ਚਾਹੀਦੀਆਂ, ਨਾ ਮੈਨੂੰ ਜ਼ਮੀਨ ਚਾਹੀਦੀ ਹੈ, ਨਾ ਮੈਨੂੰ ਦੌਲਤ ਚਾਹੀਦੀ ਹੈ। ਹਾਜੀ ਜੀ ਮੈਨੂੰ ਕੁਝ ਨਹੀਂ ਚਾਹੀਦਾ, ਮੈਨੂੰ ਬਸ ਸਰਕਾਰ ਦਾ ਰੋਜ਼ਾ ਚਾਹੀਦਾ। ਨਾਲੇ ਬੱਚਾ ਰੋਂਦਾ ਤੇ ਨਾਲੇ ਮੇਰਾ ਵਿਜਦਾਨ ਰੋ ਕੇ ਕਹਿੰਦਾ ਹੋਏਗਾ, ਹਾਜੀ ਜੀ ਜਿੰਨੇ ਦਰਦ ਦਿੱਤਾ ਉਹ ਦੇਵ ਦਵਾ, ਜਿੰਨੇ ਦਰਦ ਦਿੱਤਾ ਉਹ ਦੇਵ ਦਵਾ, ਮੈਂ ਮਰੀਜ਼ ਹੋਵਾਂ ਉਹ ਤਬੀਬ ਹੋਵੇ, ਜਿੰਨੇ ਦਰਦ ਦਿੱਤਾ ਉਹ ਦੇਵ ਦਵਾ, ਮੈਂ ਮਰੀਜ਼ ਹੋਵਾਂ ਉਹ ਤਬੀਬ ਹੋਵੇ, ਜਿੰਦ ਨਿਕਲੇ ਯਾਰ ਦੇ ਕਦਮਾਂ ਵਿੱਚ। ਉਹਨੇ ਕਿਹਾ, ਹਾਜੀ ਤੇਰੀਆਂ ਗੱਡੀਆਂ ਨਹੀਂ ਚਾਹੀਦੀਆਂ, ਮੈਂ ਹੱਡੀਆਂ ਤੇ ਚੂਸ ਲਵਾਂਗਾ, ਮੈਂ ਕੱਪੜੇ ਫਟੇ ਹੋਏ ਪਾ ਲਵਾਂਗਾ, ਮੈਂ ਯਤੀਮੀ ਵੇਖ ਲਵਾਂਗਾ, ਮੈਂ ਗਮ ਵੇਖ ਲਵਾਂਗਾ, ਪਰ ਸਰਕਾਰ ਦੇ ਰੋਜ਼ੇ ਤੂੰ ਨਹੀਂ ਜਾਣਾ, ਜਿੰਦ ਨਿਕਲੇ ਯਾਰ ਦੇ ਕਦਮਾਂ ਵਿੱਚ, ਜਦੋਂ ਨਿਕਲੇ ਹਬੀਬ ਕਰੀਬ ਹੋਵੇ।